मोहाली में शिक्षा बोर्ड के बाहर कच्चे अध्यापकों के प्रदर्शन और धरने को करीब 22 दिन पूरे हो गए हैं और आज कांग्रेस वरिष्ठ नेता और पंजाब के मुख्यमंत्री के सलाहकार कैप्टन संदीप संधू ने अध्यापकों से मुलाकात की और क्या कहा जानते हैं मौके पर बैठे अध्यापकों से। आइए देखते हैं मोहाली से रितिश कुमार की पूरी रिपोर्ट। गगन कौर मैम, आज जिहड़े कैप्टन संदीप संधू जी भी इत्थे धरने च पहुंचे सीगे, किस तरह की मुलाकात हुई उहदे बारे दस्सोगे? हाँ जी सर, एक्चुअली कुछ एक मसले सीगे जिन्हां लई असी सोचा सी वी असी बैठ के मीटिंग करना चाहुंदे आ, तां जदों मैं कॉल कीती तां उह कहिंदे वी मैं इत्थों ही लंघणा, जे तुसीं वी चाहुंदे कहो तां मैं थोड़ा गेड़ा कढ जांदा। तां असीं कहा नो डाउट तुहाडा आपदा ही है, चलो है ना, धरना भी तुहाडी आपदा ही सारा हैगा। ਤਾਂ ਉਹ ਆਏ ਸੀ, ਗੱਲਬਾਤ ਕੀਤੀ, ਮੁੱਦਿਆਂ 'ਤੇ ਛੋਟੇ ਮੋਟੇ ਮੁੱਦੇ ਜਿਹੜੇ ਰਹਿ ਗਏ ਸੀ ਉਹਨਾਂ 'ਤੇ ਚਰਚਾ ਕੀਤੀ। ਜਿਵੇਂ ਕੋਈ ਸਾਥੀ ਸਾਡੇ ਜਿਹੜੇ MA BEd ਟੈਟ ਪਾਸ ਸੀਗੇ, ਉਹਨਾਂ ਨੇ ਲੋਅਰ ਜਿਹੜੀ ਡਿਗਰੀ NTT ਬੇਸਿਕ ਕੁਆਲੀਫਿਕੇਸ਼ਨ ਪ੍ਰੀ ਪ੍ਰਾਇਮਰੀ ਦੀ, ਉਹਦੇ ਵਿੱਚ ਐਡਮਿਸ਼ਨ ਹੀ ਨਹੀਂ ਲਈ, ਉਹਨਾਂ ਨੇ ਕੀਤੀ ਨਹੀਂ ਸੀ, ਤਾਂ ਉਹਦਾ ਉਹਨਾਂ ਦੇ ਰਿਗਾਰਡਿੰਗ ਗੱਲ ਚੱਲਦੀ ਰਹੀ ਵੀ ਉਹਨਾਂ ਨੂੰ ਆਪਾਂ ਕਿਹੜੀ ਪੋਸਟ 'ਤੇ ਕਿੱਦਾਂ ਸੈੱਟ ਕਰਨਾ। ਤਾਂ ਇੱਕ ਦੋ ਜਿਹੜੀਆਂ ਸਾਡੇ ਵੱਲੋਂ ਆਫਰਾਂ ਦਿੱਤੀਆਂ ਗਈਆਂ ਵੀ ਤੁਸੀਂ ਸਰਕਾਰ ਦੇ ਧਿਆਨ 'ਚ ਲਿਆ ਦਿਓ ਗੱਲ, ਤਾਂ ਉਹਨਾਂ ਨੇ ਪੂਰਨ ਵਿਸ਼ਵਾਸ ਦਵਾਇਆ ਵੀ ਮੈਂ ਜੇ ਇੰਨੇ ਬੰਦਿਆਂ ਦਾ ਹੱਲ ਕਰਨ 'ਤੇ ਲੱਗਿਆ ਤਾਂ ਮੈਂ ਇਹ ਵੀ ਕੋਸ਼ਿਸ਼ ਮਤਲਬ ਕਰਾਉਣ ਦੇ ਹੱਕ 'ਚ ਹਾਂ ਵੀ ਤੁਹਾਡਾ ਰਾਈਟ ਬਣਦਾ, ਤਾਂ ਮੈਂ ਇਹ ਵੀ ਪੂਰੀ ਕੋਸ਼ਿਸ਼ ਕਰਕੇ ਦੇਖ ਲੈਣਾ ਜੀ। ਜਿਹੜੀ ਕੱਲ੍ਹ ਮੀਟਿੰਗ ਹੋਈ ਚੰਡੀਗੜ੍ਹ, ਉਹਦੇ 'ਚ ਆਪਣੀ ਮੰਗਾਂ ਦੇ ਬਾਰੇ ਇਹ ਕਿਹਾ ਗਿਆ ਕਿ ਪੂਰੀਆਂ ਕੀਤੀਆਂ ਜਾਣਗੀਆਂ, ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹਾਂਜੀ, ਇਹਨਾਂ ਨੇ ਕਿਹਾ ਵੀ ਬੁੱਧਵਾਰ ਕੈਬਨਿਟ ਦੇ ਵਿੱਚ ਅਸੀਂ ਮਤਾ ਪਾਸ ਕਰ ਦਾਂਗੇ, ਆਪਣੇ ਇਹਦੇ 'ਤੇ ਐਕਸਪੀਰੀਅੰਸ ਵਿਭਾਗੀ ਪੋਸਟਾਂ ਬਣਾ ਦੇਣਗੇ NTT ਦੀਆਂ। ਚਲੋ, ਸਾਡੀ ਡਿਮਾਂਡ ਵੀ ਇਹੀ ਸੀ, ਅਤੇ ਬੁੱਧਵਾਰ ਤੱਕ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਧਰਨਾ ਚੱਕ ਲਓ, ਉਹਦਾ ਅਸੀਂ ਜਵਾਬ ਦਿੱਤਾ ਸੀਗਾ ਕੈਬਨਿਟ ਉੱਥੇ ਮੀਟਿੰਗ ਦੇ ਵਿੱਚ, ਧਰਨਾ ਸਾਡਾ ਕੰਟੀਨਿਊ ਚੱਲੂਗਾ, ਜਦੋਂ ਇਹ ਕੈਬਨਿਟ ਦੇ ਵਿੱਚ ਸਾਡਾ ਪੂਰਾ ਰਿਟਰਨ ਕਰ ਦੇਣਗੇ ਉਦੋਂ ਬਾਅਦ ਜੀ ਅਸੀਂ ਅਗਲਾ ਸਟੈਪ ਲਵਾਂਗੇ। ਜੇ ਰਿਟਰਨ 'ਚ ਆ ਜਾਂਦਾ, ਜੇ ਰਿਟਰਨ ਆਊਗਾ ਫਿਰ ਤਾਂ ਸ਼ੋਰ ਹੀ ਹੈ, ਫਿਰ ਤਾਂ ਕੰਮ ਹੋਇਆ ਹੀ ਪਿਆ, ਇੰਨੀ ਦੇਰ ਅਸੀਂ ਕਿਸੇ 'ਤੇ ਕੋਈ ਯਕੀਨ ਨਹੀਂ ਕਰ ਸਕਦੇ, ਮਤਲਬ ਵਿਸ਼ਵਾਸ ਨਹੀਂ ਹੈ ਹਜੇ ਵੀ ਕਿਤੇ ਨਾ ਕਿਤੇ ਸਰਕਾਰ? ਨਹੀਂ, ਬਿਲਕੁਲ ਬਿਲਕੁਲ ਵਿਸ਼ਵਾਸ ਕਰ ਹੀ ਨਹੀਂ ਸਕਦੇ, ਸਰਕਾਰਾਂ ਦੀ ਫਿਤਰਤ ਹੈ ਬਦਲਣਾ, ਸਰਕਾਰਾਂ ਨੇ ਲਾਰੇ ਲਾਉਣੇ ਹੁੰਦੇ ਆ, ਉਹ ਅਸੀਂ ਵੇਖਿਆ, ਇਹਨਾਂ ਨੇ ਦਰੀਆਂ 'ਤੇ ਆ ਕੇ ਕੁਛ ਕਿਹਾ, ਉਦੋਂ ਬਾਅਦ 4.5 ਸਾਲ ਲੰਘਾਏ, ਅੱਜ ਇੰਨਾ ਤਸ਼ੱਦਦ ਢਾ ਕੇ, ਜਿਵੇਂ ਪਿਛਲੇ ਦਿਨ ਤੁਸੀਂ ਵੇਖਿਆ ਹੈਗਾ ਮੰਗਲਵਾਰ ਦੇ ਦਿਨ ਕਿੰਨਾ ਕਹਿਰ ਢਾਇਆ ਗਿਆ, ਘੋੜੇ ਵਾਲੀਆਂ ਪੁਲਿਸ ਜਿਹੜੀ ਸੀ ਕੁੜੀਆਂ ਨੂੰ ਕੁੱਟ ਰਹੀ ਸੀ, ਕੱਪੜੇ ਪਾੜੇ ਗਏ, ਗੰਦਾ ਪਾਣੀ ਸਿੱਟਿਆ ਗਿਆ, ਅਥਰੂ ਗੈਸ ਨੇ ਮਤਲਬ ਜੀਣਾ ਹਰਾਮ ਕਰਤਾ ਸਾਡਾ ਸਾਰਿਆਂ ਦਾ, ਸਾਹ ਨਹੀਂ ਸੀ ਆ ਰਿਹਾ। ਤਾਂ ਇਹਨਾਂ ਚੀਜ਼ਾਂ ਨੂੰ ਜਦੋਂ ਮੁੱਖ ਅੱਜ ਸੰਘਰਸ਼ ਕਰਨਾ ਪਿਆ, ਉਹਨਾਂ ਦੇ ਵਾਅਦਾ ਉਹਨਾਂ ਨੇ ਜਿਹੜਾ ਕੀਤਾ ਸੀ ਵੀ ਮੈਂ ਤੁਹਾਨੂੰ ਮੇਰੀ ਕੈਬਨਿਟ ਪਹਿਲੀ ਦੇ ਵਿੱਚ ਮਤਾ ਪਾਸ ਕਰਕੇ ਰੈਗੂਲਰ ਕਰਾਂਗਾ, ਤਾਂ ਉਹ ਦੇਖੋ ਕਰਾਉਣ ਲਈ ਸਾਨੂੰ ਅੱਜ ਐਡਾ ਘੋਲ ਇਹਨਾਂ ਦਾ ਵਾਅਦਾ ਲਾਗੂ ਕਰਾਉਣ ਲਈ ਕਰਨਾ ਪਿਆ। ਜਿਹੜੇ ਟੀਚਰ ਜ਼ਖਮੀ ਹੋਏ ਸੀਗੇ, ਸੱਟਾਂ ਲੱਗੀਆਂ ਸੀਗੀਆਂ, ਉਹਨਾਂ ਦੀ ਸਥਿਤੀ ਅੱਜ ਕੀ ਹੈ? ਦੇਖੋ, ਜਿਨ੍ਹਾਂ ਦੇ ਜ਼ਖਮੀ ਹੋਏ ਸੀ ਉਹ ਕੁੱਲ ਮਿਲਾ ਕੇ ਠੀਕ ਹੈਗੇ, ਪਰ ਇੱਕ ਸਾਡਾ ਵੀਰ ਕੁਲਦੀਪ ਹੈ ਡਿਸਟ੍ਰਿਕਟ ਸੰਗਰੂਰ ਲਹਿਰਾ ਗਾਗਾ ਤੋਂ, ਬਲੋਕ ਲਹਿਰਾ ਗਾਗਾ ਤੋਂ, ਉਹ ਵੈਸੇ ਠੀਕ ਹੈ, ICU 'ਚ ਹੈ, ਪਰ ਉਹ ਬੋਲ ਨਹੀਂ ਪਾ ਰਹੇ, ਉਹਨਾਂ ਦੀ ਸਮੱਸਿਆ ਬੋਲਣ ਦੀ ਆ ਰਹੀ ਹੈ। ਸਾਥੀ ਬੋਰਡ ਦੇ ਉਹਦੇ ਤੇ ਸਾਥੀ ਮੰਜ਼ਿਲ ਤੇ ਚੜੇ ਸੀਗੇ, ਉਹਨਾਂ ਦੀ ਸਥਿਤੀ ਕੀ ਹੈ? ਉਹਨਾਂ ਦੀ ਸਥਿਤੀ ਨਾਜ਼ੁਕ ਹੈ ਜੀ, ਉਹ ਠੀਕ ਨਹੀਂ ਹੈਗੇ, ਉਹ ਮਤਲਬ ਉਹਨਾਂ ਦੀ ਕੋਈ ਟੀਮ, ਕੋਈ ਉਧਰ ਕੋਈ ਡਾਕਟਰੀ ਟੀਮ ਵਗੈਰਾ ਗਈ ਹੋਈ ਉਹਨਾਂ ਦੇ ਹੈਲਥ ਦਾ ਚੈੱਕਅਪ ਵਗੈਰਾ ਕਰਨ ਲਈ ਕੋਈ ਆਇਆ ਕਿ ਨਹੀਂ? ਹਾਂਜੀ ਹਾਂਜੀ, ਜਦੋਂ ਸਾਨੂੰ ਲੋੜ ਪੈਂਦੀ ਅਸੀਂ ਟੀਮ ਬੁਲਾ ਕੇ ਚੈੱਕਅਪ ਕਰਵਾ ਦਿੰਦੇ ਹਾਂ ਜੀ, ਆਪਦੇ ਤੌਰ 'ਤੇ ਵੀ ਕਰਵਾ ਦਿੰਦੇ ਹਾਂ, ਅਤੇ ਸਰਕਾਰ ਵੀ ਜਦੋਂ ਅਸੀਂ ਕਹਿੰਦੇ ਹਾਂ ਉਦੋਂ ਡਾਕਟਰ ਆ ਜਾਂਦੇ ਆ, ਚੈੱਕਅਪ ਕਰ ਜਾਂਦੇ ਆ। ਹਾਂਜੀ, ਅਤੇ ਕੈਪਟਨ ਸੰਧੂ ਨਾਲ ਵੀ ਕਿਤੇ ਨਾ ਕਿਤੇ ਤੁਹਾਨੂੰ ਉਮੀਦਾਂ ਹੈਗੀਆਂ ਕਿ ਕੁਛ ਪੋਜ਼ਿਟਿਵ ਆਏਗਾ? ਦੇਖੋ, ਪੋਜ਼ਿਟਿਵ ਤਾਂ ਇਹਨਾਂ ਨੂੰ ਕਰਨਾ ਪਊਗਾ, ਕਿਉਂਕਿ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਅਸੀਂ ਘਰਾਂ 'ਚ ਉੱਠ ਕੇ ਆ ਗਏ, ਅਸੀਂ ਇਹਨਾਂ ਦੇ ਵਿਭਾਗ 'ਚ 18 ਸਾਲ ਦਿੱਤੇ ਆ, ਜ਼ਿੰਦਗੀ ਦਾ ਅਨਮੋਲ ਸਮਾਂ ਦਿੱਤਾ, 3-3 ਜਾਨਾਂ ਗਵਾਲੀਆਂ ਸੰਘਰਸ਼ਾਂ 'ਚ, ਚੌਥਾ ਜਿਉਂਦਾ ਸੜ ਗਿਆ, ਅੱਜ ਰਿਟਾਇਰਮੈਂਟ ਦੇ ਨੇੜੇ ਹੈ, ਅਤੇ ਅੱਜ ਜਿਹੜਾ ਕਿ ਇਹਨਾਂ ਨੂੰ ਬਿਨਾਂ ਪੇਪਰ ਦੇ ਰੈਗੂਲਰ ਕਰਨਾ ਚਾਹੀਦਾ ਸੀ, ਇਹ ਉਹ ਨਾ ਕਰਕੇ ਇੱਕ ਪੇਪਰ ਲੈ ਕੇ ਐਕਸਪੀਰੀਅੰਸ ਦਾ ਜਾਂ ਵਿਭਾਗੀ ਪੇਪਰ ਬਣਾ ਕੇ ਸਾਨੂੰ ਰੈਗੂਲਰ ਕਰਨ ਲੱਗੇ, ਅਤੇ ਜੇ ਇਹਦੇ ਤੋਂ ਵੀ ਭੱਜਣਗੇ ਤਾਂ ਬਹੁਤ ਮਾੜੀ ਗੱਲ ਹੈ, ਸਾਨੂੰ ਉਮੀਦ ਹੈ ਵੀ ਇਹ ਕੰਮ ਹੋਊਗਾ, ਕਿਉਂਕਿ ਨਜਾਇਜ਼ ਕੁਛ ਹੈ ਹੀ ਨਹੀਂ, ਸਭ ਜਾਇਜ਼ ਹੀ ਹੈ ਜੀ। ਥੈਂਕ ਯੂ। ਮੇਰਾ ਨਾਮ ਦੇਵੀ ਦਿਆਲ, ਜ਼ਿਲ੍ਹਾ ਪ੍ਰਧਾਨ ਗੌਰਮੈਂਟ ਟੀਚਰ ਯੂਨੀਅਨ ਸੰਗਰੂਰ। ਅਸੀਂ ਕੱਚੇ ਅਧਿਆਪਕਾਂ ਦੇ ਸਮਰਥਨ ਦੇ ਵਿੱਚ ਸੂਬਾ ਕਮੇਟੀ ਵੱਲੋਂ ਹੋਏ ਫੈਸਲੇ ਅਨੁਸਾਰ ਲਗਾਤਾਰ ਇੱਥੇ ਡਿਸਟ੍ਰਿਕਟ ਵਾਈਜ਼ ਆ ਰਹੇ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਕੱਚੇ ਅਧਿਆਪਕ ਜਿਹੜੇ ਹੈਗੇ ਆ ਰੈਗੂਲਰ ਹੋਣੇ ਚਾਹੀਦੇ ਆਗੇ, ਨਾਲ ਦੀ ਨਾਲ ਇਹਨਾਂ ਸਾਥੀਆਂ ਨੂੰ ਵੀ ਲਗਾਤਾਰ ਜਿੰਨਾ ਚਿਰ ਇਹ ਰੈਗੂਲਰ ਨਹੀਂ ਹੁੰਦੇ ਹੈਗੇ ਇਹਨਾਂ ਨੂੰ ਸੰਘਰਸ਼ ਦਾ ਜਿਹੜਾ ਰਾਹ ਗਾ ਉਹ ਮੰਨਣਾ ਚਾਹੀਦਾ ਗਾ,
प्राप्ति तो बाद जिहड़ा हैगा गा इत्थों उठना चाहीदा गा ते असीं सदा ही गवर्नमेंट टीचर यूनियन वल्लों इन्हां दे संघर्ष दा समर्थन करदे रहांगे।